ਮੌਸਮ ਬਹੁਤ ਵਧੀਆ ਫਸਟ ਆਫ ਆਲ ਅੱਜ ਹੈ ਵਰਨਾ ਭਾਜੀ ਲੌਂਗ ਨੋਜ਼ ਔਰ ਇਹਦੇ ਵਿੱਚ ਕੀ ਫਰਕ ਆ? ਲੌਂਗ ਨੋਜ਼ ਜ਼ਿਆਦਾ ਪਾਵਰਫੁਲ ਹੁੰਦਾ। ਇਹਦੇ ਵਿੱਚ ਇਹ ਆ ਵੀ ਅਗਲੀ ਗੱਡੀ ਦੀ ਆਪਾਂ ਨੂੰ ਇੱਕ ਤਾਂ ਸਪੀਡ ਦੱਸੇਗਾ, ਹਾਂਜੀ, ਇੱਕ ਆਪਣਾ ਤੇ ਉਹਦਾ ਵਿਚਲਾ ਗੈਪ ਦੱਸੇਗਾ ਵੀ ਕਿੰਨਾ ਕਿੰਨਾ ਗੈਪ। ਹਾਂਜੀ ਬਈ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਚਾਲ? ਤੇ ਅੱਜ ਆਪਣਾ ਟਰੱਕ ਵਲੌਗ ਆਉਣ ਵਾਲਾ, ਆਪਾਂ ਚੱਲੇ ਹਾਂ ਕੈਨਬਰਾ। ਟਾਈਮ ਦੇਖ ਲਓ ਬਈ, 5:10 ਹੋ ਰਹੇ ਨੇ ਔਰ 5°C, ਠੰਡ ਬਹੁਤ ਆ। ਦੇਖ ਲਓ ਧੁੰਦ ਹੀ ਧੁੰਦ ਹੋਈ ਪਈ ਆ। ਬਾਈ ਤੋਂ ਨਾ ਮੈਂ ਕਹਿ ਕੇ ਲਾਈਟ ਚਲਵਾਈ ਹੈ ਕਿਉਂਕਿ ਪੂਰਾ ਹਨੇਰਾ ਪੂਰੀ ਰਾਤ, ਕਿਉਂਕਿ ਦਿਨ ਕਿੰਨੇ ਵਜੇ ਨਿਕਲਦਾ? 8:30, 7:30 ਦਿਨ ਨਿਕਲਦਾ। ਉਹ ਦੇਖੋ ਉਹਨੂੰ ਠੰਡ ਲੱਗੀ ਪਈ ਆ ਪੂਰੀ। ਅਤੇ ਫਟਾਫਟ ਜਾ ਕੇ ਆਪਾਂ ਲੋਕੇਸ਼ਨ 'ਤੇ ਟਰੱਕ ਦੇ ਕੋਲ ਚੱਲੇ ਹਾਂ। ਆਹ ਸਾਡੇ ਨਾਲ ਜਾਊਗਾ 20 ਤੱਕ, 20 ਤੋਂ ਬਾਅਦ ਅਸੀਂ ਕਿਸੇ ਹੋਰ ਨਾਲ, ਉਹ ਤੋਂ ਬਾਅਦ ਅੱਗੇ ਟਰੱਕ ਦੇ ਕੋਲ, ਠੀਕ ਆ? ਨਵਾਂ ਟਰੱਕ ਆ, ਘੈਂਟ ਕੰਮ ਹੋਣ ਵਾਲਾ। ਵਲੌਗ ਨਾ ਮਿਸ ਕਰਿਓ, ਬਹੁਤ ਇਨਫੋਰਮੇਸ਼ਨ ਮਿਲੂਗੀ ਅਤੇ ਬਹੁਤ ਐਡਵੈਂਚਰ ਹੋਣ ਵਾਲਾ ਵਲੌਗ। ਚਲੋ ਫਟਾਫਟ ਮੇਰੇ ਨਾਲ ਚੱਲਦੇ ਹਾਂ, ਅੱਜ ਕਰਦੇ ਹਾਂ ਸ਼ੁਰੂ। ਗੱਡੀ ਹੋ ਗਈ ਸਾਡੀ ਗਰਮ। ਫਾਈਨਲੀ ਆਪਾਂ ਸਿਡਨੀ ਮਾਰਕੀਟ ਆ ਗਏ ਨੇ, ਠੀਕ ਆ? ਅਤੇ ਅੱਜ ਮੈਂ ਤੁਹਾਨੂੰ ਮਿਲਾਉਂਦਾ ਭਾਜੀ ਨਾਲ, ਅਰਸ਼ ਭਾਜੀ ਨਾਲ। ਉਹ ਸਾਨੂੰ ਦੱਸਣਗੇ ਅੱਜ ਕੱਲ੍ਹ ਸਾਰਾ ਕੁਝ ਸਾਨੂੰ ਸਿਡਨੀ ਮਾਰਕੀਟ ਬਾਰੇ ਅਤੇ ਜਿਹੜਾ ਟਰੱਕ ਅਸੀਂ ਲੈ ਕੇ ਜਾ ਰਹੇ ਹਾਂ ਉਹਦੇ ਰੂਟ ਬਾਰੇ ਸਾਰਾ ਕੁਝ ਦੱਸਾਂਗੇ ਅਤੇ ਮਿਲਾਉਂਦੇ ਹਾਂ ਅਸੀਂ ਭਾਜੀ ਨਾਲ। ਭਾਈ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਕੀ ਹਾਲ ਚਾਲ ਨੇ? ਵਧੀਆ। ਕਿਵੇਂ ਹੋ? ਵਧੀਆ, ਸਭ ਠੀਕ ਠਾਕ। ਸਮਾਡੀ ਵੀਰ, ਕਿੰਨੇ ਵਜੇ ਉੱਠੇ ਅੱਜ? ਫਿਰ ਅੱਜ ਯਾਰ 4 ਸੇਮ ਰੂਟ। ਅੱਛਾ, ਅਤੇ ਭਾਜੀ ਸਵੇਰੇ 4 ਰੋਜ਼ ਤੁਸੀਂ ਉੱਠਣਾ ਹੀ ਉੱਠਣਾ ਹੈ? ਉੱਠਣਾ ਹੀ ਪੈਣਾ, ਇਹਦੇ ਨਾਲ ਸਹੀ ਹੈ। ਅਤੇ ਭਾਜੀ ਇਹ ਸਿਡਨੀ ਮਾਰਕੀਟ ਬਾਰੇ ਤੁਹਾਨੂੰ ਦੱਸੋ ਥੋੜ੍ਹਾ ਜਿਹਾ। ਸਿਡਨੀ ਮਾਰਕੀਟ ਵੀਰੇ ਆਪਾਂ ਵੀ ਫਰੈਸ਼ ਫਰੂਟ ਵਾਸਤੇ ਆ, ਸਾਰਾ ਸਿਡਨੀ ਦਾ ਫਰੂਟ ਇੱਥੋਂ ਹੀ ਜਾਂਦਾ। ਬਰਫ 'ਚ ਹਰ ਇੱਕ, ਜਿਵੇਂ ਆਪਾਂ ਫਰੈਸ਼ ਫਰੂਟ ਜਿੰਨਾ ਵੀ ਹੈਗਾ, ਜਿਵੇਂ ਸੁਪਰ ਮਾਰਕੀਟਸ ਨੇ, ਹਾਂਜੀ, ਆਹ ਦੇਖੋ ਤੁਹਾਡੇ ਸਾਹਮਣੇ ਜਿੰਨੇ ਵੀ ਨੇ, ਆੜਤੀ ਨੇ, ਕੋਈ ਹੁਣ ਪਿਆਜ਼ਾਂ ਦਾ, ਕੋਈ ਟਮਾਟਰਾਂ ਦਾ, ਠੀਕ ਹੈ, ਕੋਈ ਪਾਈਨਐਪਲ ਦਾ, ਕੋਈ ਫਰੂਟਸ ਦਾ, ਸਾਰਿਆਂ ਦਾ ਆਪਣਾ ਡਿਫਰੈਂਟ ਡਿਫਰੈਂਟ ਹੈ, ਸਭ ਦਾ ਆਪਣਾ ਡਿਫਰੈਂਟ ਹੈ। ਤੇ ਜਿਵੇਂ ਕੋਲਸ ਦੀ ਜਾਂਦੀ ਹੈ ਜਾਂ ਹੈਰਿਸ ਫਾਰਮ ਹੋ ਗਿਆ ਜਾਂ ਵੂਲਵਰਥ ਹੋ ਗਿਆ, ਉਹ ਵੀ ਇੱਧਰ ਹੀ ਨੇ ਸਾਰੇ? ਸਭ ਇੱਥੋਂ ਹੀ ਨੇ ਇੱਥੋਂ, ਹਾਂ, ਸਾਰਾ ਸਿਡਨੀ ਦਾ, ਸਿਡਨੀ ਦਾ ਸਭ ਵੀ ਇੱਥੋਂ ਹੀ ਹੈ। ਕੋਈ ਮਹਿੰਗੇ ਤੋਂ ਮਹਿੰਗਾ ਰੈਸਟੋਰੈਂਟ ਹੈ, ਕੁਛ ਵੀ ਹੈ, ਹਾਂਜੀ, ਸਾਰਾ ਹੀ ਇੱਥੋਂ ਜਾਣਾ, ਠੀਕ ਹੈ। ਅਤੇ ਜੇ ਭਾਅ ਜੀ ਇੱਕ ਚੀਜ਼ ਹੋਰ ਹੈ, ਹੁਣ ਸਾਰੇ ਆਪਣੀ ਫੋਕ ਲਿਫਟਾਂ ਫਿਰਦੀ ਰਹਿੰਦੀਆਂ ਨੇ ਸਾਰਾ ਕੁਛ, ਅਤੇ ਐਡਾ ਮਤਲਬ ਕਿਵੇਂ ਯਾਰ ਸਾਂਭਦੇ ਨੇ ਕਿ ਇਹ ਮੈਨੇਜ ਇਸ ਹਿਸਾਬ ਨਾਲ ਹੀ ਕਰਦੇ ਨੇ, ਕਿਉਂਕਿ ਕੋਈ ਪਿਆਜ਼ ਵਾਲਾ, ਕੋਈ ਟਮਾਟਰ ਵਾਲਾ, ਹੁਣ ਜਿਹਨੂੰ ਪਿਆਜ਼ ਚਾਹੀਦੇ ਨੇ ਉਹ ਇੱਥੋਂ ਲਏਗਾ, ਬਾਏ ਕਰੇਗਾ, ਹਾਂਜੀ, ਜਿਹਨੂੰ ਟਮਾਟਰ ਚਾਹੀਦੇ ਨੇ ਉਹ ਇੱਥੋਂ ਬਾਏ ਕਰੇਗਾ। ਹੁਣ ਇਹ ਫੋਕ ਲਿਫਟਾਂ ਕੀ ਕਰਨਗੀਆਂ, ਪੈਲਟ ਲੈ ਜਾਣਗੀਆਂ, ਠੀਕ ਹੈ, ਉੱਥੇ ਜਾ ਕੇ ਉਹ ਸਕੇਲ ਕਰਨਗੇ, ਉਹ ਬਾਏ ਕਰ ਲੈਣਗੇ, ਉਹਨਾਂ ਨੂੰ ਇਨਵੋਇਸ ਦੇ ਦੇਣਗੇ। ਓਕੇ, ਉਹ ਇਨ ਐਂਡ ਆਫ ਦਾ ਮਤਲਬ ਵੀਕ 'ਚ, ਉਹ ਤੋਂ ਬਾਅਦ ਉਹਨਾਂ ਦਾ ਵੀ ਪੇ ਆਫ ਹੋ ਜਾਏਗਾ, ਠੀਕ ਹੈ, ਇਹਦੇ ਵਧੀਆ ਚੀਜ਼ ਹੈ। ਤੇ ਜੋ ਇਹਨਾਂ ਕੋਲ ਬਚ ਜਾਏਗਾ, ਇਹਨਾਂ ਕੋਲ ਇੱਕ ਹੋਰ ਆਪਸ਼ਨ ਹੈ, ਹਾਂਜੀ, ਤੁਸੀਂ ਸੈਟਰਡੇ ਸੰਡੇ ਇੱਥੇ ਆ ਕੇ ਤੁਸੀਂ ਬਾਏ ਕਰ ਸਕਦੇ ਹੋ, ਮਤਲਬ ਜਿਹੜਾ ਲੋਕਲ ਬੰਦਾ, ਲੋਕਲ ਬੰਦਾ ਆਪਣੇ ਲਈ, ਆਪਣੇ ਲੈ ਸਕਦਾ ਜੇ ਸਸਤਾ ਮਿਲਦਾ। ਜੇ ਕੋਈ ਮਾਰਕੀਟ 'ਚ ਜਿਵੇਂ ਆਪਾਂ ਨੂੰ ਕੋਈ $10-$20 ਦਾ ਮਿਲਦਾ, ਇੱਥੇ $3-$4 ਦਾ ਮਿਲਦਾ। ਹਾਂਜੀ ਬਾਈ, ਫਾਈਨਲੀ ਤੇ ਕੀ ਹੋ ਰਿਹਾ, ਆਪਣਾ ਟਰੱਕ ਲੋਡ ਹੋ ਰਿਹਾ ਇੱਧਰ, ਠੀਕ ਆ? ਆਹ ਤੁਸੀਂ ਚੈੱਕ ਕਰ ਸਕਦੇ ਹੋ, ਟਰੱਕ ਲੋਡ ਚੱਲ ਰਿਹਾ ਸਾਰਾ ਕੁਛ, ਲੋਡਿੰਗ ਦਾ ਕੰਮ ਹੋ ਰਿਹਾ ਵਧੀਆ ਕਰਕੇ ਨਾ। ਅਤੇ ਆਹ ਪਿੱਛੇ ਟਰੱਕ ਖੜ੍ਹੇ ਨੇ ਸਾਰੇ ਹੋਰ, ਅਤੇ ਇੱਧਰੋਂ ਸਮਾਨ ਆ ਕੇ
ਠੀਕ ਹੈ, ਇੱਧਰੋਂ ਸਮਾਨ ਆ ਕੇ ਟਰੱਕ 'ਚ ਜਾ ਰਿਹਾ ਅੰਦਰ, ਅਤੇ ਉਹ ਹੈਰਿਸ ਫਾਰਮ ਦਾ ਤੁਸੀਂ ਦੇਖ ਸਕਦੇ ਹੋ ਜਿਵੇਂ ਦੱਸਿਆ ਸੀਗਾ, ਹੈਰਿਸ ਫਾਰਮ ਦਾ ਕੰਟਰੈਕਟ ਹੈਗਾ ਇਹਨਾਂ ਨਾਲ, ਅਤੇ ਭਾਅ ਜੀ ਦੱਸਣਗੇ ਹੁਣ ਹੈਰਿਸ ਫਾਰਮ ਦੇ ਮਤਲਬ ਐਵੇਂ ਕਰਕੇ ਟਰੱਕ ਲੋਡ ਹੁੰਦਾ, ਤੁਸੀਂ ਦੇਖ ਸਕਦੇ ਹੋ ਖੁਦ ਹੀ, ਮਤਲਬ ਸਾਹਮਣੇ ਉਹ ਬਾਈ ਅੰਦਰ ਖੜਾ ਅਤੇ ਫੋਕਲਿਫਟ ਤੋਂ ਸਮਾਨ ਆਉਂਦਾ ਅਤੇ ਉਹ ਅੰਦਰ ਰੱਖਦੇ ਨੇ ਅਤੇ ਬਾਹਰ ਆ ਜਾਂਦੇ ਨੇ ਫਿਰ, ਦੈਟਸ ਆਲ, ਅਤੇ ਆਹੀ ਸਮਾਨ ਅੱਗੇ ਅੱਗੇ ਕਰਕੇ ਅੱਗੇ ਜਾਈ ਜਾਂਦਾ। ਖੜਿਆ ਠੀਕ ਹੈ, ਅਤੇ ਬਸ ਹੁਣ ਆਪਾਂ ਚੱਲੇ ਨੇ ਵਾਪਿਸ ਆਪਣੇ ਰਾਹ ਨੂੰ, ਸਾਡਾ ਹੋ ਗਿਆ ਬਿਲਕੁਲ ਡਨ ਸਭ ਕੁਝ, ਠੀਕ ਹੈ ਲੋਡਿੰਗ ਹੋ ਗਈ ਭਾਅ ਜੀ, ਲੋਡਿੰਗ ਹੋ ਗਈ, ਹਾਂਜੀ ਮਸਾ ਗੁੱਡ ਗੋ ਗੁੱਡ ਟੂ ਗੋ। ਮਸਾ ਕਿੰਨਾ ਟਾਈਮ ਲਾਇਆ ਉਹਨਾਂ ਨੇ? ਅੱਧਾ ਘੰਟਾ ਵੀ ਨਹੀਂ ਲਾਇਆ, ਹੈ ਨਾ, ਫਟਾਫਟ ਖਿੱਚਦਾ ਕੰਮ, ਖਿਲਾੜੀ ਬੰਦੇ ਨੇ ਸਾਰੇ। ਹਾਂ ਦੇਖੋ ਹੁਣ ਆਹ ਚੈੱਕ ਪੋਸਟ ਹੈ ਠੀਕ ਹੈ, ਅਤੇ ਇੱਧਰੋਂ ਆਪਾਂ ਚੱਲ ਪਏ ਨੇ, ਤੇ ਭਾਅ ਜੀ ਹਰ ਟਾਈਮ ਮਤਲਬ ਇੰਨਾ ਬਿਜ਼ੀ ਰਹਿੰਦਾ ਹੈ ਚੀਜ਼? ਨਹੀਂ ਅੱਜ ਬਹੁਤ ਕੁਆਇਟ ਹੈ, ਅੱਜ ਕੁਆਇਟ ਹੈ, ਅੱਜ ਕੁਆਇਟ ਹੈ। ਵੈਸੇ ਕਿੰਨਾ ਬਿਜ਼ੀ ਹੁੰਦਾ? ਵੈਸੇ ਤਾਂ ਬਹੁਤ ਜ਼ਿਆਦਾ ਬਿਜ਼ੀ ਹੁੰਦਾ, ਪਿੱਛੇ ਤੱਕ ਲਾਈਨ ਲੱਗ ਜਾਂਦੀ। ਹਾਂ ਫਰਾਈਡੇ ਨੂੰ ਤਾਂ ਬਹੁਤ ਬਿਜ਼ੀ ਹੁੰਦਾ। ਓਕੇ, ਤੇ ਆਹ ਦੇਖ ਲਓ ਫਰਾਈਡੇ ਦੇ, ਬਾਈ ਵੀ ਦੱਸਦਾ ਸੀਗਾ ਫਰਾਈਡੇ ਬਹੁਤ ਬਿਜ਼ੀ ਆ, ਤੇ ਆਹ ਸਿਸਟਮ ਆ, ਇੱਕ ਮਿਰਰ ਆ ਰਿਹਾ ਠੀਕ ਆ ਅੱਗੇ ਦੇਖਣ ਲਈ ਕਿ ਕਿੰਨੀ ਅੱਗੇ ਸਪੇਸ ਆ, ਦੋ ਮਿਰਰ ਆ ਰਹੇ ਠੀਕ ਆ, ਤੇ ਇੱਕ ਮਿਰਰ ਆ ਰਿਹਾ, ਆਹ ਦੇਖੋ ਆ ਰਿਹਾ। ਤੇ ਭਾਅ ਜੀ ਇਹ ਵਾਲਾ ਮਿਰਰ ਸਮਝ ਗਏ, ਇਹਦਾ ਸਮਝ ਗਏ, ਇਹਦਾ ਕੀ ਸਿਸਟਮ ਆ? ਇਹਦਾ ਬਸ ਆਪਾਂ ਲੇਨ ਲੇਨ ਤੋਂ ਬਾਹਰ ਤਾਂ ਨਹੀਂ ਹੈਗੇ, ਲੇਨ ਤੋਂ ਬਾਹਰ ਨਹੀਂ ਹੈਗੇ, ਕਿੰਨੀ ਗੱਡੀ ਕਲੋਜ਼ ਆ ਆਪਣੇ ਲੱਗੇ। ਓਕੇ, ਮਤਲਬ ਸਾਰਾ ਕੁਝ ਤੁਹਾਡਾ ਸੈੱਟ ਕੀਤਾ ਹੋਇਆ ਸਿਸਟਮ ਐਵਰੀਥਿੰਗ। ਹਾਂ, ਤੇ ਹੁਣ ਜੇ ਆਪਾਂ ਦੇਖਦੇ ਹਾਂ ਤੇ ਆ ਲੌਕ ਦਾ ਬਟਨ ਆ ਠੀਕ ਆ, ਆ ਉੱਤੇ ਥੱਲੇ, ਔਰ ਇਸ ਸਾਈਡ ਲਾਈਟ ਆਪਣੀ ਠੀਕ ਆ, ਆ ਦੇਖੋ ਆ ਲਾਈਟ ਆਪਾਂ ਬੰਦ ਕਰਤੀ ਔਨ, ਤੇ ਮਤਲਬ ਪੂਰਾ ਆਟੋਮੈਟਿਕ ਸਿਸਟਮ ਹੈ। ਤੁਸੀਂ ਦੇਖਿਆ ਹੋਣਾ ਟਰੱਕਾਂ ਦੇ ਵਿੱਚ ਕਿ ਬਹੁਤ ਸਾਰੇ ਮਤਲਬ ਬਟਨ ਬੁਟਨ ਹੁੰਦੇ ਨੇ, ਇਹਦੇ ਵਿੱਚ ਉਹ ਵਾਲਾ ਸਿਸਟਮ ਨਹੀਂ ਹੈਗਾ, ਲਿਮਿਟਿਡ ਬਟਨ ਨੇ। ਬਾਕੀ ਅੱਗੇ ਚੱਲ ਕੇ ਤੁਹਾਨੂੰ ਹੋਰ ਦੱਸਾਂਗੇ ਟਰੱਕ ਬਾਰੇ ਜਦ ਕਿਤੇ ਖੜਾਂਗੇ ਸਾਰਾ ਕੁਝ। ਹੁਣੇ ਸਿਟੀ ਤੋਂ ਬਾਹਰ ਨਿਕਲੀਏ ਅਤੇ ਕੈਨਬਰਾ ਜਾ ਰਹੇ ਹਾਂ ਅੱਜ ਆਪਾਂ ਸੈਮੀ ਟਰੱਕ ਲੈ ਕੇ, ਅਤੇ ਤੁਹਾਨੂੰ ਦੱਸਦੇ ਰਹਿੰਦੇ ਹਾਂ ਸਾਰਾ ਕੁਝ ਠੀਕ ਆ। ਬਹੁਤ ਵਧੀਆ, ਬਹੁਤ ਸਾਫ਼ ਮੌਸਮ ਵਧੀਆ, ਨਾ ਧੁੰਦ ਤੇ ਨਾ ਹੀ ਆਪਣਾ ਮੀਂਹ ਮੂੰਹ, ਵਰਨਾ ਮੀਂਹ। ਭਾਜੀ ਮੀਂਹ ਦੇ ਵਿੱਚ ਕੀ ਸੀਨ ਹੁੰਦਾ ਯਾਰ? ਮੀਂਹ ਦੇ ਵਿੱਚ ਵੀ ਜਾਣਾ ਹੀ ਪੈਂਦਾ ਆਪਾਂ ਨੂੰ। ਅੱਛਾ, ਤੇ ਦਿੱਕਤ ਨਹੀਂ ਆਉਂਦੀ? ਦਿੱਕਤ ਤਾਂ ਆਉਂਦੀ ਹੈ, ਆਉਂਦੀ ਹੈ। ਇੱਧਰੋਂ ਸਿੱਧਾ ਹੁਣ ਦੇਖੋ ਆਪਾਂ ਮੇਨ ਹਾਈਵੇ 'ਤੇ ਚੜ੍ਹ ਜਾਵਾਂਗੇ ਇੱਧਰੋਂ, ਅਤੇ ਦੇਖੋ ਕਿੰਨਾ ਕੁ ਕੱਟਣਾ ਪੈਂਦਾ, ਆਹ ਦੇਖੋ ਆਹ ਐਕਸਟਰਾ ਕੱਟਣਾ ਪੈਂਦਾ ਕਿਉਂਕਿ ਟ੍ਰੇਲਰ ਆਪਣੇ ਕੋਲ ਪਿੱਛੇ ਵੱਡਾ ਹੈਗਾ, ਅਤੇ ਆਹੀ ਚੀਜ਼ ਜਿਹੜੀ ਹੁੰਦੀ ਆ ਬੰਦੇ ਨੂੰ ਡਰਾਈਵਰ ਨੂੰ ਮਤਲਬ ਬਹੁਤ ਧਿਆਨ ਰੱਖਣਾ ਪੈਂਦਾ ਇਹਨਾਂ ਚੀਜ਼ਾਂ ਦਾ। ਆਹ ਚੜ ਗਏ ਆਪਾਂ A3 ਦੇ, A3 ਤੇ ਹੁਣ ਚੱਲੇ ਆ ਬਸ ਠੀਕ ਆ। ਆ ਸਿਡਨੀ ਮਾਰਕੀਟ, ਭਾਜੀ ਸਿਡਨੀ ਮਾਰਕੀਟ ਕਾਫੀ ਵੱਡੀ ਆ ਨਾ, ਜੇ ਦੇਖਿਆ ਜਾ ਨਾ ਕਾਫੀ ਵੱਡੀ, ਇੱਧਰ ਤੱਕ ਸਾਰਾ ਹੀ ਕਵਰ ਹੋਇਆ। ਆ ਫਲਾਵਰ ਮਾਰਕੀਟ ਹੈ। ਅੱਛਾ ਫਲਾਵਰ ਮਾਰਕੀਟ ਹੈ, ਕੀ ਬਾਤ ਹੈ ਭਾਜੀ। ਤੁਹਾਡੇ ਹਿਸਾਬ ਨਾਲ ਇੱਕ ਦਿਨ ਚ ਆ ਬੀ ਡਬਲ ਖੜਾ ਦੇਖੋ, ਇੱਕ ਦਿਨ ਚ ਕਿੰਨਾ ਟਰੱਕ ਆਂਦਾ ਹੋਣਾ ਸਿਡਨੀ ਮਾਰਕੀਟ? ਸਿਡਨੀ ਮਾਰਕੀਟ ਅਪਰੋਕਸੀਮੇਟਲੀ
ਘੱਟ ਤੋਂ ਘੱਟ ਵੀ 3 ਤੋਂ 4 ਹਜ਼ਾਰ ਟਰੱਕ, 3 ਤੋਂ 4 ਹਜ਼ਾਰ ਟਰੱਕ ਜੇ ਛੋਟੇ ਇਨਕਲੂਡ ਨਾ ਕਰੀਏ, ਛੋਟੇ ਵੀ ਹਾਂ ਛੋਟੇ ਬਾਪੂ 3 ਤੋਂ 4 ਹਜ਼ਾਰ। ਤੇ ਸਿੰਮੂ ਕਿੱਧਰ ਜਾ ਰਿਹਾ ਅੱਜ? ਫਿਰ ਸਿੰਮੂ ਜਾ ਰਿਹਾ ਹੈ ਅੱਜ ਵਿਲਬੀ, ਇਹਦਾ ਇੱਕ ਹੀ ਰੂਟ ਹੈ ਸਿੰਮੂ ਦਾ? ਹਾਂ ਸਿੰਮੂ ਇੱਕ। ਚਲੋ ਜੀ, ਸਿੰਮੂ ਗਿਆ ਫਿਰ ਆਪਣੇ ਰੂਟ ਤੇ ਅੱਜ, ਠੀਕ ਹੈ। ਹੁਣ ਆਪਾਂ ਚੜ ਗਏ ਇੱਧਰ ਹਾਈਵੇ ਤੇ, ਤੇ ਅੱਗੇ ਤੁਹਾਨੂੰ ਦਿਖਾਉਂਦੇ ਆ ਵਧੀਆ ਵਧੀਆ ਸੀਨ ਤੇ ਵਧੀਆ ਵਧੀਆ ਗੱਲਾਂ ਦੱਸਦੇ ਆ ਸਾਰੇ ਕੁਝ। ਆ ਦੇਖ ਲਓ ਤੁਸੀਂ, ਅੱਗੇ ਡਰਾਈਵ ਬਹੁਤ ਸੋਹਣੀ ਆਏਗੀ। ਇਹਨਾਂ ਨੂੰ ਨਹੀਂ ਗੱਡੀ ਚਲਾਣੀ ਆਉਂਦੀ ਸਾਰੀ ਉਮਰ, ਤੁਹਾਨੂੰ ਪਤਾ ਲੇਨ ਐਂਡ ਹੁੰਦੀ। ਹਾਂ, ਤੇ ਲੇਨ ਚੇਂਜ ਕਰਨੀ ਆ। ਤੇ ਭਾਜੀ ਨੇ ਸਾਨੂੰ ਦੱਸਿਆ ਕਿ 2024 ਟਰੱਕ ਆ, ਤੇ ਇਹਦੇ ਵਿੱਚ ਨਾ ਕਈ ਬਹੁਤ ਵਧੀਆ ਚੀਜ਼ਾਂ ਨੇ। ਹਾਂਜੀ ਭਾਜੀ, ਇਹਦੇ ਚ ਭਾਜੀ ਇੱਕ ਇਹ ਸਿਸਟਮ ਇਹਨਾਂ ਨੇ ਲਾਇਆ ਰਡਾਰ। ਹਾਂਜੀ, ਅਗਲੀ ਆ ਜਿਹੜੀ ਰਡਾਰ ਲੱਗੀ ਹੋਈ ਆ। ਹਾਂਜੀ ਹਾਂਜੀ, ਇਹਦੇ ਵਿੱਚ ਇਹ ਆ ਵੀ ਅਗਲੀ ਗੱਡੀ ਦੀ ਆਪਾਂ ਨੂੰ ਇੱਕ ਤਾਂ ਸਪੀਡ ਦੱਸੇਗਾ, ਹਾਂਜੀ, ਇੱਕ ਆਪਣਾ ਤੇ ਉਹਦਾ ਵਿਚਲਾ ਗੈਪ ਦੱਸੇਗਾ ਵੀ ਕਿੰਨਾ ਹੈ, ਕਿੰਨਾ ਗੈਪ ਹੈ ਸਕਰੀਨ ਦੇ ਵਿੱਚ, ਸਕਰੀਨ ਦੇ ਵਿੱਚ ਜਦੋਂ ਗੱਡੀ ਨੇੜੇ ਆ ਜਾਏਗੀ। ਹਾਂਜੀ, ਹੁਣ ਦੇਖਿਓ ਅੱਗੇ ਤੁਹਾਨੂੰ ਦਿਖਾਉਣਾ ਆ, ਜਿਵੇਂ ਹੁਣ ਆ ਗਈ ਇਹ ਲੈਕਸਸ ਆ ਜਿਹੜੀ, ਇਹ ਦੇਖੋ ਹੁਣ 108 ਦੀ ਸਪੀਡ ਤੇ ਉਹ ਜਾ ਰਿਹਾ, ਠੀਕ ਹੈ, ਆਪਣਾ 20 ਮੀਟਰ ਦਾ ਗੈਪ ਹੈ, 20 ਮੀਟਰ ਦਾ ਗੈਪ ਹੈ। ਹੁਣ ਦੇਖੋ ਗੈਪ ਵੱਧਦਾ ਜਾ ਰਿਹਾ, 29 30 29, ਠੀਕ ਹੈ, ਮਤਲਬ ਆ ਸਾਰਾ ਇਹਦੇ ਵਿੱਚ ਆ ਰਿਹਾ, ਇਹਦੇ ਵਿੱਚ ਆ ਰਿਹਾ, ਠੀਕ ਹੈ। ਇਹ ਭਾਜੀ ਇੱਕ ਚੀਜ਼ ਹੋਰ ਦੱਸੀ ਹੈ ਤੁਸੀਂ, ਮਤਲਬ ਆ ਚੀਜ਼ ਮਤਲਬ ਜਿਹੜੀ ਗਵਰਨਮੈਂਟ ਨੇ ਆ ਟਰੱਕ ਦੀ ਜਿਹੜੀ ਸਪੀਡ ਹੈ ਉਹ 100 ਕੀਤੀ, ਉਹ 100 ਹੈ ਜੀ, ਇੱਥੇ 100 ਤੋਂ ਉੱਤੇ ਤੁਸੀਂ ਟਰੱਕ ਨਹੀਂ ਚਲਾ ਸਕਦੇ, ਬਟ ਕਈ ਕੈਨਵਰਥ ਨੇ ਜਾਂ ਉਦਾਂ ਉਹ 100 ਪਲੱਸ ਜਾਣਗੇ, ਆਪਾਂ ਨੂੰ ਦੇਖਿਓ ਪਾਸ ਕਰਨਗੇ, ਆਪਾਂ 100 ਤੇ ਹੋਵਾਂਗੇ, ਉਹ 103 4 5 ਤੇ, ਬਟ ਜੇ ਪੁਲਿਸ ਫੜਦੀ ਹੈ ਹਾਂਜੀ ਉਹਦਾ ਫਾਈਨ ਹੈ, ਆਪਾਂ 100 ਤੋਂ ਉੱਤੇ ਜਾਂਦੇ ਹਾਂ। ਪਹਿਲੀ ਗੱਲ ਤਾਂ ਆਪਾਂ ਜਾਂਦੇ ਨਹੀਂ ਕਿਉਂਕਿ ਜਾ ਹੀ ਨਹੀਂ ਸਕਦੇ, ਜਿੰਨੀ ਮਰਜ਼ੀ ਰੇਸ ਨੱਪ ਦਿਓ ਜੋ ਮਰਜ਼ੀ ਕਰ ਲਓ, ਹਾਂਜੀ, ਕਿਉਂਕਿ ਟਰੱਕ ਦੀ ਸਪੀਡ ਪਿੱਛੋਂ ਕੰਪਨੀ ਵੱਲੋਂ ਸੈਟ ਹੈ 100 ਸੈਟ ਆ, ਬਟ ਆਪਾਂ ਜਦੋਂ ਡਾਊਨ ਹਿੱਲ ਜਾਂਦੇ ਆ ਨਾ ਆਟੋਮੈਟਿਕਲੀ ਆਪਾਂ ਜਾਂਦੀ, ਕਿਉਂਕਿ ਪਿੱਛੋਂ ਧੱਕਾ ਵੱਜਦਾ, ਧੱਕਾ ਵੱਜਦਾ, ਫਿਰ ਵੇਟ ਵੀ ਹੈ ਨਾ ਕਾਫੀ। ਹਾਂ, ਵੇਟ ਵੀ ਹੈਗਾ। ਤੇ ਭਾਜੀ ਇੱਕ ਚੀਜ਼ ਹੋਰ ਦੱਸ ਰਹੇ ਸੀ ਤੁਸੀਂ ਰੈਸਟ ਬਾਰੇ, ਕਿ ਜਿਹੜਾ 48 ਆਵਰ ਦਾ ਜਾਂ 24 ਆਵਰ ਦਾ ਰੈਸਟ ਚਾਹੀਦਾ ਹੀ ਚਾਹੀਦਾ, ਔਰ ਉਹਦੇ ਕਰਕੇ ਕਾਫੀ ਚਲਾਨ ਵੀ ਹੋਇਆ। ਹਾਂਜੀ, ਇਹਦੇ ਵਿੱਚ ਇਵੇਂ ਆ ਵੀ ਆਪਾਂ ਜਿਹੜੀ ਲੋਗ ਬੁੱਕ ਜਿਵੇਂ ਆਪਾਂ ਯੂਜ਼ ਕਰਦੇ ਹਾਂ ਨਾ ਇੰਟਰਸਟ, ਆਪਾਂ 12 ਘੰਟੇ ਚਲਾ ਸਕਦੇ ਹਾਂ ਇੱਕ ਦਿਨ 'ਚ, ਅਤੇ ਉਸ ਤੋਂ ਬਾਅਦ ਆਪਾਂ 12 ਘੰਟੇ ਦਾ ਰੈਸਟ ਪਾਉਣਾ ਹੁੰਦਾ। ਓਕੇ, ਠੀਕ ਹੈ ਜੀ। ਅਤੇ ਕਈ ਮੁੰਡੇ ਨੇ, ਹੁਣ ਆਪਾਂ ਨੂੰ ਕਈ ਬੰਦਿਆਂ ਨੂੰ ਨਹੀਂ ਪਤਾ ਹੁੰਦਾ ਵਿੱਚ ਗੈਪ ਦਾ, ਨਹੀਂ ਪਤਾ ਲੱਗਦਾ ਕਈ ਵਾਰੀ ਨਾ, ਹਾਂਜੀ, ਉਹਦੇ ਬਾਰੇ ਮੈਂ ਕਿਹਾ ਬੁੱਕ ਕਾਫੀ ਵੱਡੇ ਫਾਈਨ ਨੇ ਆਰਟੀਓ ਵੱਲ, ਠੀਕ ਹੈ। ਤੇ ਉਹਦੇ ਲਈ ਤੁਸੀਂ ਇੱਕ ਐਪ ਵੀ ਦੱਸ ਰਹੇ ਸੀਗੇ। ਹਾਂ, ਉਹਦੇ ਵਾਸਤੇ ਇੱਕ ਐਪ ਵੀ ਹੈਗੀ, ਉਹ ਵਰਕ ਡਾਇਰੀ ਮੇਟ। ਅੱਛਾ, ਜੇ ਆਪਾਂ ਉਹ ਡਾਊਨਲੋਡ ਕਰਦੇ ਹਾਂ ਜਾਂ ਉਹਦੀ ਥੋੜ੍ਹੇ ਬਹੁਤ $5-6 ਚਾਰਜ ਨੇ, ਅਤੇ ਉਹਦੇ ਵਿੱਚ ਆਪਾਂ ਨੂੰ ਉਹ ਐਪ ਹੀ ਆਪਾਂ ਨੂੰ ਦੱਸਦੀ ਵੀ ਤੁਸੀਂ ਕਦੋਂ ਚਲਾ ਸਕਦੇ ਹੋ ਕਦੋਂ ਨਹੀਂ ਚਲਾ ਸਕਦੇ, ਮਤਲਬ ਸਾਰਾ ਕੁਝ ਤੁਹਾਨੂੰ ਸਾਰੇ ਸਿਸਟਮ ਦੱਸੂਗੀ। ਹਾਂ, ਤੇ ਭਾਜੀ ਇਹ ਡਿਫਰੈਂਟ ਹੁੰਦਾ ਕਿ ਛੋਟੇ ਟਰੱਕ ਦਾ ਰੈਸਟ ਘੱਟ ਹੁੰਦਾ, ਵੱਡੇ ਟਰੱਕ ਦਾ ਰੈਸਟ ਜ਼ਿਆਦਾ ਹੁੰਦਾ, ਇਹ ਕੋਈ ਡਿਫਰੈਂਟ ਹੁੰਦਾ ਜਾਂ ਇੱਕ ਹੀ ਗੱਲ ਹੈ? ਜੇ ਤੁਸੀਂ ਸਟੈਂਡਰਡ ਤੇ ਚਲਾਉਂਦੇ ਹੋ ਨਾ ਤੇ ਉਹ ਓਨਾ ਹੀ ਹੁੰਦਾ, ਇੱਕ BFM ਹੁੰਦਾ ਉਹ ਆਪਾਂ ਨੂੰ ਕੰਪਨੀ ਬਣਵਾ ਕੇ ਦਿੰਦੀ ਹੈ। ਓਕੇ, ਤੇ ਉਹਦੇ ਤੇ ਆਪਾਂ 14 ਘੰਟੇ ਚਲਾ ਸਕਦੇ। ਅੱਛਾ, ਹਾਂ, ਬਟ ਉਹਦੇ 'ਚ ਬ੍ਰੇਕਾਂ ਵਗੈਰਾ ਦਾ ਕਾਫੀ ਜ਼ਿਆਦਾ ਹੁੰਦੀਆਂ ਨੇ, ਮੇਰੇ ਸਾਰਾ ਕੁਝ ਨਾ। ਹਾਂ, ਤੇ ਭਾਜੀ ਕਿੰਨੇ ਕੁ ਆਵਰ ਦੀ ਡਰਾਈਵ ਤੋਂ ਬਾਅਦ ਮਸਟ ਹੈ ਕਿ ਬ੍ਰੇਕ ਲੈਣੀ ਲੈਣੀ? 5 ਘੰਟੇ ਤੋਂ ਬਾਅਦ ਹਾਫ ਐਨ ਆਵਰ ਦੀ ਮਸਟ ਹੈ, ਮਸਟ ਹੈ ਲੈਣੀ 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 5 ਆਵਰ ਦੀ ਡਰਾਈਵ ਤੋਂ ਬਾਅਦ। ਹਾਂ, ਠੀਕ ਹੈ, ਜੇ ਤੁਸੀਂ ਨਹੀਂ ਲੈਂਦੇ ਜਾਂ ਫਿਰ ਪੰਗਾ ਪੈ ਸਕਦਾ। ਕੁਝ ਟਰੱਕ ਇੱਦਾਂ ਦੇ ਵੀ ਹੁੰਦੇ ਨੇ ਜਿਨ੍ਹਾਂ 'ਚ ਜਿਵੇਂ ਰੈਗੂਲਰ ਚੱਲ ਰਿਹਾ ਔਰ ਉਹ 5 ਘੰਟੇ ਤੋਂ ਬਾਅਦ ਰੁਕਿਆ ਨਹੀਂ, ਤੇ ਕੰਪਨੀ ਨੂੰ ਆਪਣੇ ਆਪ ਨੋਟਿਸ ਚੱਲ ਜਾਂਦਾ ਕਿ ਡਰਾਈਵਰ ਜਾਈ ਰਿਹਾ ਇੱਦਾਂ। ਕੰਪਨੀ ਦਾ ਵੈਸੇ ਹਾਂ, ਕਈ ਕੰਪਨੀਆਂ ਬਹੁਤ ਸਟ੍ਰਿਕਟ ਨੇ, ਲਿਨਫੋਕਸ ਹੋ ਗਏ, ਟੋਲ ਹੋ ਗਈ, ਹਾਂ, ਟਰੈਕਰ ਲੱਗੇ ਹੋਏ ਨੇ, ਠੀਕ ਹੈ, ਆਪਣੇ ਟਰੱਕ 'ਚ ਵੀ ਟਰੈਕਰ ਹੈਗਾ, ਟਰੈਕਰ ਹੈਗਾ। ਓਕੇ, ਸੋ ਹੁਣ ਅੱਗੇ ਜਾ ਕੇ ਰੁਕਾਂਗੇ ਆਪਾਂ ਉੱਧਰ, ਠੀਕ ਹੈ, ਅਤੇ ਤੁਹਾਨੂੰ ਟਰੱਕ ਦੇ ਬਾਰੇ ਦੱਸਾਂਗੇ ਕੀ ਕੀ ਇਹਦੇ ਫੀਚਰਸ ਨੇ, ਠੀਕ ਆ। ਕਿਉਂਕਿ ਹੁਣ ਮੈਂ ਦੇਖ ਰਿਹਾ, ਮੈਂ ਪਹਿਲਾਂ ਹੀ ਜਿਹੜੇ ਟਰੱਕਾਂ 'ਚ ਬੈਠੇ ਹਾਂ ਉਹਦੇ ਵਿੱਚ ਕਾਫੀ ਸਾਰੇ ਬਟਨ ਸੀਗੇ, ਬਟ ਇਹਦੇ 'ਚ ਸਾਰੇ ਬਟਨ ਦਾ ਸਿਸਟਮ ਖਤਮ ਕਰਤਾ, ਸਾਰਾ ਟੱਚ ਸਕਰੀਨ ਕਰਤਾ, ਜੋ ਵੀ ਹੈ ਸਾਰਾ ਸਕਰੀਨ ਦੇ ਵਿੱਚ ਹੀ ਆ, ਠੀਕ ਆ, ਉਹ ਤੁਹਾਨੂੰ ਦੱਸਾਂਗੇ ਅੱਗੇ ਜਾ ਕੇ। ਹੁਣ ਆਪਾਂ M31
ਹਾਂਜੀ M31 ਚੜ ਚੁੱਕੇ ਹਾਂ ਅਤੇ ਅੱਗੇ ਜਾ ਕੇ ਜਿਵੇਂ ਵੀ ਕੋਈ ਟਰੱਕ ਸਟੋਪ ਹੋਊਗਾ ਉੱਧਰ ਤੁਹਾਨੂੰ ਹੋਰ ਟਰੱਕ ਵੀ ਦਿਖਾਵਾਂਗੇ ਅਤੇ ਮਿਲਦੇ ਹਾਂ ਅੱਗੇ ਜਾ ਕੇ। ਜਿਵੇਂ ਟਰੱਕ ਲੱਗਿਆ ਹੋਇਆ ਆਹ ਕੀ ਕਰੀ ਜਾਂਦਾ ਹੈ? ਇਹ ਟਾਇਰ ਚੇਂਜ ਕਰ ਰਹੇ ਨੇ ਵੀਰੇ। ਅੱਛਾ 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 ਅੱਛਾ, ਮਤਲਬ ਜੇ ਕਿਸੇ ਦਾ ਟਾਇਰ ਹੋ ਜਾਏ ਇੱਧਰ ਹੀ ਸੱਦ ਲੈਂਦੇ? ਹਾਂਜੀ, ਪੰਚਰ ਹੋ ਜਾਏ, ਕੋਈ ਫਲੈਟ ਹੋ ਜਾਏ, ਕੁਛ ਵੀ ਹੋ ਜਾਏ ਟਾਇਰ ਫਟ। ਓਕੇ, ਤੇ ਕਲੀਨਿੰਗ ਕਲੂਨਿੰਗ ਵੀ ਸਾਰੀ ਇੱਧਰ ਹੀ ਹੁੰਦੀ ਹੈ ਟਰੱਕਾਂ ਦੀ? ਸਭ ਕੁਛ, ਸਭ ਸਾਰਾ ਕੁਛ। ਤੇ ਭਾਜੀ ਆਪਾਂ ਜਿਵੇਂ ਦੱਸੀ ਜਾਂਦੇ ਸੀਗੇ ਲਾਈਕ ਮਾਰਕੀਟ ਬਾਰੇ ਸਾਰਾ ਕੁਛ, ਤੇ ਹੋਰ ਵੀ ਕੁਝ ਇਦਾਂ ਮਾਰਕੀਟ ਦੀਆਂ ਚੀਜ਼ਾਂ ਜਿਹੜੀ ਮਤਲਬ ਪਤਾ ਲੱਗੇ? ਮਾਰਕੀਟ ਚ ਆਲ ਓਵਰ ਦਾ ਆਸਟ੍ਰੇਲੀਆ ਸਾਰਾ ਕੁਝ ਇੱਥੇ ਆ ਜਾਣਾ ਇਹਨਾਂ ਦਾ। ਹਾਂਜੀ, ਜਿਵੇਂ ਐਵਰੀ ਨਾਈਟ ਇੱਥੇ ਲੋਡ ਇਹਨਾਂ ਦਾ ਆ ਜਾਣਾ, ਇੱਥੋਂ ਅੱਗੇ ਫਿਰ ਇਹਨਾਂ ਦੇ ਹੌਲੀ ਹੌਲੀ ਸਪਲਾਈ ਕਰਦੇ ਨੇ। ਤੇ ਭਾਜੀ ਕਿੰਨੇ ਕੁ ਦੂਰ ਦੂਰ ਇੱਧਰੋਂ ਜਾਂਦਾ, ਮਤਲਬ ਆਲ ਓਵਰ ਸਿਡਨੀ ਤੇ ਕਵਰ ਕਰਦਾ? ਆਲ ਓਵਰ ਸਿਡਨੀ, ਇੱਥੋਂ ਪਰਥ ਵੀ ਜਾਂਦਾ, ਮੈਲਬਰਨ ਵੀ ਜਾਂਦਾ, ਬ੍ਰਿਸਬੇਨ ਵੀ ਜਾਂਦਾ, ਐਡੀਲੇਡ ਵੀ ਜਾਂਦਾ, ਸਭ ਜਗ੍ਹਾ ਜਾਂਦਾ। ਓਕੇ, ਤੇ ਇੱਧਰੋਂ ਕਿੱਧਰ ਆਉਂਦਾ ਮਤਲਬ? ਇਹ ਫਾਰਮਸ ਤੋਂ ਆਉਂਦਾ ਜ਼ਿਆਦਾਤਰ। ਠੀਕ ਹੈ, ਡੱਬੋ ਤੋਂ ਵੀ ਆਉਂਦਾ ਹੈ ਆਪਣਾ, ਇੱਧਰੋਂ ਬ੍ਰਿਸਬੇਨ ਮੈਲਬਰਨ ਤੋਂ, ਜਿਹੜੀ ਚੀਜ਼ ਉੱਥੇ ਹੁੰਦੀ ਅਵੇਲੇਬਲ ਉਹ ਇੱਧਰ ਆਉਂਦੀ ਹੈ, ਜਿਹੜੀ ਇੱਧਰ ਹੈ ਉਹ ਉੱਧਰ ਜਾਂਦੀ। ਓਕੇ, ਤੇ ਮਤਲਬ ਪਹਿਲਾਂ ਦੂਰੋਂ ਆਣਗੇ ਟਰੱਕ, ਇੱਧਰ ਅਸੈਂਬਲ ਕਰਨਗੇ, ਸਾਰਾ ਕੁਝ ਚੈੱਕ ਕਰਨਗੇ, ਉਹ ਤੋਂ ਬਾਅਦ ਫਿਰ ਇੱਧਰ ਅੱਗੇ ਭੇਜਣਗੇ। ਇੱਥੇ ਕੁਆਲਿਟੀ ਚੈੱਕ ਵੀ ਹੁੰਦੀ ਹੈ ਐਵਰੀਥਿੰਗ ਦੀ, ਇੱਦਾਂ ਨਹੀਂ ਆਪਾਂ ਨੂੰ ਵੀ ਉੱਥੋਂ ਆ ਗਿਆ ਅਤੇ ਇੱਥੇ ਇਹਨਾਂ ਨੇ ਸਪਲਾਈ ਕਰਨਾ ਸਟਾਰਟ ਕਰਦੇ। ਠੀਕ ਹੈ, ਪਹਿਲਾਂ ਉਹ ਚੀਜ਼ ਦੀ ਕੁਆਲਿਟੀ ਚੈੱਕ ਹੋਊਗੀ। ਹਾਂਜੀ, ਫਿਰ ਉਸ ਤੋਂ ਬਾਅਦ ਫਿਰ ਉਹਦਾ ਟੈਗ ਲੱਗਣਗੇ ਕੀ ਹੈ, ਕਿੰਨੇ ਦੀ ਹੈ, ਸਾਰਾ ਕੁਝ ਜੋ ਵੀ ਹੈ। ਨਹੀਂ, ਇਹ ਤਾਂ ਵਧੀਆ ਚੀਜ਼ ਆ ਫਿਰ ਸਾਰਾ ਕੁਝ। ਅਤੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਭਾਜੀ ਇਹਦੇ ਵਿੱਚ ਸਿਡਨੀ ਮਾਰਕੀਟ ਦੇ ਵਿੱਚ ਜੋਬ ਕਰਦੇ? ਆਈ ਥਿੰਕ 2.5 ਹੋ ਗਿਆ, ਨੀਅਰਲੀ 3 ਈਅਰ ਹੋ ਗਏ। 3 ਸਾਲ ਹੋ ਗਏ, ਤੇ ਹੁਣ ਸਾਰਾ ਕੁਝ ਮਤਲਬ ਪਤਾ, ਨੌਲੇਜ ਇਹਦੀ ਹੈਗੀ ਹੈ ਸਾਰੀ? ਨਹੀਂ, ਨੌਲੇਜ ਤਾਂ ਹੁਣ ਆਪਾਂ ਅੰਦਰ ਨਹੀਂ ਆ ਕਰਕੇ ਦੇਖਿਆ, ਕਿਉਂਕਿ ਅਸੀਂ ਤਾਂ ਬਸ ਇੱਥੋਂ ਪਿਕ ਕਰੀਦਾ। ਹਾਂਜੀ, ਤੇ ਆਪਣਾ ਲੋਡ ਲਾਈਦਾ। ਤੇ ਕਿੰਨੇ ਕੁ ਟਾਈਮ ਮਤਲਬ ਤੁਸੀਂ ਇੱਧਰ ਹੁੰਦੇ ਹੋ ਸਵੇਰੇ ਸਵੇਰੇ? ਮੈਂ ਹੁੰਦਾ ਵਾਂ ਇੱਥੇ 1-1.5 ਘੰਟਾ ਹੋਵਾਂਗੇ ਆਪਾਂ ਇੱਥੇ ਸਵੇਰੇ। ਤੇ ਲੋਡ ਜਦ ਤੁਹਾਡਾ ਆਪਣਾ, ਅੱਜ ਆਪਣੇ ਕੋਲ ਟਰੱਕ ਕਿਹੜਾ ਭਾਜੀ? ਅੱਜ ਆਪਣੇ ਕੋਲ ਮਰਸਡੀਜ਼ ਹੈ ਵੀਰੇ। ਮਰਸਡੀਜ਼ ਔਰ ਟ੍ਰੇਲਰ? ਹਾਂਜੀ, ਟ੍ਰੇਲਰ ਸੈਮੀ। ਟ੍ਰੇਲਰ ਸੈਮੀ ਹੈ ਜੀ। ਠੀਕ ਹੈ, ਤੇ ਕਿੰਨਾ ਕੁ ਟਾਈਮ ਲਾ ਦਿੰਦੇ ਨੇ ਇਹਨੂੰ ਉਹ ਕਰਨ 'ਚ? ਲੋਡ ਕਰਨ 'ਚ ਲਾ ਦਿੰਦੇ ਨੇ, 1.5 ਘੰਟਾ ਲੱਗ ਜਾਂਦਾ। 1.5 ਘੰਟਾ ਲੱਗ ਜਾਂਦਾ। ਠੀਕ ਹੈ, ਦੈਟਸ ਗੁੱਡ। ਹਾਂਜੀ ਭਾਜੀ, ਹੁਣ ਕਿੱਧਰ ਆ ਗਏ ਆਪਾਂ? ਆਪਾਂ ਵੀਰੇ ਆ ਗਏ ਮਰੂਲਨ ਬੀਪੀ ਤੇ। ਮਰੂਲਨ ਬੀਪੀ ਟਰੱਕਾਂ ਦਾ ਸਟਾਪ? ਟਰੱਕ ਸਟਾਪ ਹੈ ਜੀ, ਆਪਾਂ ਇੱਥੇ ਪੀਵਾਂਗੇ ਕੌਫੀ। ਕੌਫੀ ਤੇ ਫਿਰ ਦੇਖਦੇ ਹਾਂ ਕੁਝ ਖਾਣ ਲਈ ਮਿਲਦਾ। ਤੇ ਅੱਗੇ ਸਾਡੇ ਕੋਲ ਰੋਡ ਟ੍ਰੇਨ ਖੜੀ ਆ। ਵੈਸੇ ਰੋਡ ਟ੍ਰੇਨ ਹੈ ਨਹੀਂ, ਕਿਉਂਕਿ ਇਹਦੇ ਸਿਰਫ 2 ਹੀ ਟ੍ਰੇਲਰ ਦਿਖ ਰਹੇ ਨੇ ਮੈਨੂੰ। ਰੋਡ ਟ੍ਰੇਨ ਦੇ ਟ੍ਰੇਲਰ? ਰੋਡ ਟ੍ਰੇਨ ਨਹੀਂ, ਰੋਡ ਟ੍ਰੇਨ ਹੀ ਹੈ। ਅੱਛਾ, ਰੋਡ ਟ੍ਰੇਨ ਆ, ਇਵੇਂ ਸਾਈਨ ਨਹੀਂ, ਉਹਨੇ ਉਹ ਲੌਂਗ ਵਹੀਕਲ ਦਾ ਸਾਈਨ ਲਾ ਦੇਣਾ ਹੈ ਨਾ। ਓਕੇ, ਠੀਕ ਹੈ ਠੀਕ ਹੈ ਠੀਕ ਹੈ। ਸਾਈਨ ਇਹਦੇ ਪਿੱਛੇ ਹੀ ਨੇ, ਦੇਖੋ ਚੇਂਜ ਹੋ ਜਾਂਦਾ ਨਾ। ਹਾਂ ਹਾਂ ਹਾਂ, ਓਕੇ, ਉਸ ਕਲਿੱਪ ਨੇ, ਕਲਿੱਪ ਨੇ ਥੱਲੇ ਹੋ ਜਾਂਦੇ ਨੇ ਆ ਚੀਜ਼। ਚਲੋ ਜੀ, ਕੋਈ ਨਾ, ਬਾਹਰ ਨਿਕਲਦੇ ਹਾਂ ਫਿਰ ਦਿਖਾਉਂਦੇ ਹਾਂ ਤੁਹਾਨੂੰ ਸਾਰਾ ਕੁਝ। ਤਾਂ ਬਾਹਰ ਠੀਕ ਹੈ, ਬਹੁਤ ਜ਼ਿਆਦਾ ਹੀ ਠੰਡਾ, ਅਤੇ ਜੈਕਟ ਪਾ ਲੈਣੀ ਚਾਹੀਦੀ ਨਹੀਂ, ਪਰ ਕੋਈ ਚੱਕਰ ਨਹੀਂ। ਸੋ ਆ ਜਿਹੜਾ ਪਿੱਛੇ ਟਰਾਲਾ ਹੈ, ਠੀਕ ਹੈ, ਇਹਦਾ ਹੁਣੇ ਤੱਕ ਮਤਲਬ 3 ਡਿਗਰੀ ਅੰਦਰ ਟੈਂਪਰੇਚਰ ਹੋਇਆ ਪਿਆ, ਇਹਦੇ ਵਿੱਚ ਦੂਜਾ ਸਮਾਨ ਹੈ, ਠੀਕ ਹੈ, ਤਾਂ ਕਰਕੇ ਆਪਣਾ ਦੂਜਾ ਵਾਲਾ ਟਰਾਲਾ ਹੈ। ਭਾਜੀ ਇਹਨੂੰ ਕਿਹੜੇ ਟਰਾਲਾ ਕਹਿੰਦੇ ਨੇ? ਇਹਨੂੰ ਰੀਫਰ ਕਹਿੰਦੇ ਨੇ ਵੀਰੇ, ਰੈਫਰੀਜਰੇਟਰ ਵਾਲਾ? ਰੈਫਰੀਜਰੇਟਰ ਵਾਲਾ। ਓਕੇ, ਤੇ ਸੈਮੀ ਸੈਮੀ ਟਰੱਕ ਆਪਣੇ ਕਿੰਨੇ ਹੁੰਦੇ ਨੇ ਟਾਇਰ ਇਹਦੇ 'ਚ? ਇਹਦੇ 'ਚ 10 ਫਰੰਟ 'ਤੇ ਨੇ ਅਤੇ 4-8-12 ਪਿੱਛੇ ਨੇ। 12 ਪਿੱਛੇ, 10 ਫਰੰਟ 'ਤੇ, 22 ਹੋ ਗਏ। ਠੀਕ ਹੈ, ਅਤੇ ਆਹ ਵੀ ਸੈਮੀ 'ਚ ਹੀ ਆਉਂਦਾ ਵਾਲਾ? ਆਹ ਵੀ ਸੈਮੀ ਜੀ। ਓਕੇ, ਫਰੰਟ ਹੋਰ ਦਿਖਾ ਦਿੰਦੇ ਹਾਂ ਤੁਹਾਨੂੰ, ਓਲਡ ਏ ਡਿਲੀਵਰੀ ਸਰਵਿਸ ਫਰੰਟ ਆਇਆ ਹੈਗਾ, ਠੀਕ ਆ, ਔਰ ਹੀ ਰਡਾਰ, ਅਤੇ ਆਹ ਫਰੰਟ ਆ ਨਾਲ ਲੌਂਗ ਨੋਜ਼। ਭਾਜੀ ਲੌਂਗ ਨੋਜ਼ ਔਰ ਇਹਦੇ 'ਚ ਕੀ ਫਰਕ ਆ? ਲੌਂਗ ਨੋਜ਼ ਜ਼ਿਆਦਾ ਪਾਵਰਫੁਲ ਹੁੰਦਾ, ਬਟ ਇਹਦੇ 'ਚ ਇਹ ਵੀ ਮੋੜਨ 'ਚ ਬਹੁਤ ਸੌਖਾ।
ਇਹ ਵਾਲਾ ਲੌਂਗ ਹਾਂ ਲੌਂਗ ਨੋਜ਼ ਓਕੇ ਲੌਂਗ ਲੌਂਗ ਤਾਂ ਕਰਕੇ ਇੱਥੇ ਬਹੁਤ ਘੱਟ ਕਲਚਰ ਹੈ ਹਾਂ ਲੌਂਗ ਨੋਜ਼ ਓਕੇ ਤੇ ਆ ਟਰੱਕ ਖੜੇ ਆਸਟ੍ਰੇਲੀਆ ਬਹੁਤ ਘੱਟ ਮਿਲਣਗੇ ਲੌਂਗ ਨੋਜ਼ ਅਮਰੀਕਾ ਸਾਰੇ ਲੌਂਗ ਨੋਜ਼ ਅਮਰੀਕਾ ਉਧਰ ਫਿਰ ਭਾਜੀ ਸੜਕਾਂ ਦੇ ਵੀ ਫਰਕ ਕਹਿੰਦੇ ਨੇ ਕਹਿੰਦੇ ਨੇ ਸੁਣਿਆ ਤਾਂ ਹੈ ਬਾਕੀ ਆਪਾਂ ਤਾਂ ਗਏ ਨਹੀਂ ਨਹੀਂ ਅਮਰੀਕਾ ਔਰ ਇੱਧਰ ਦੀ ਮਤਲਬ ਉਹਦੇ 'ਚ ਕੀ ਫਰਕ ਆ ਜੇ ਦੇਖਿਆ ਜਾਵੇ ਡਰਾਈਵਿੰਗ 'ਚ ਟਰੱਕ ਡਰਾਈਵਿੰਗ 'ਚ ਟਰੱਕਿੰਗ 'ਚ ਕਾਫੀ ਫਰਕ ਹੈ ਅੱਛਾ ਉਹ ਤਾਂ ਕਾਫੀ ਲੰਮੇ ਰੂਟ ਨੇ ਓਕੇ ਉੱਥੇ ਤਾਂ ਕਹਿੰਦੇ ਨੇ ਮਹੀਨਾ ਮਹੀਨਾ ਨਹੀਂ ਵਾਪਸ ਆਉਂਦੇ ਅਤੇ ਮਤਲਬ ਡਰਾਈਵ ਬਹੁਤ ਵਧੀਆ ਜੇ ਕਿਹਾ ਜਾਵੇ ਹਾਂ ਡਰਾਈਵ ਵੀ ਕਾਫੀ ਵਧੀਆ ਨਹੀਂ ਡਰਾਈਵ ਤਾਂ ਇੱਥੋਂ ਦੀ ਵੀ ਵਧੀਆ ਇੱਥੇ ਵੀ ਕਈ ਰੂਟ ਬਹੁਤ ਸੋਹਣੇ ਨੇ ਬਹੁਤ ਸੋਹਣੇ ਨੇ ਹਾਂ ਜਿਵੇਂ ਹੁਣ ਆਪਾਂ ਮੈਲਬਨ ਵਾਲਾ ਰੂਟ ਵੀ ਵਧੀਆ ਵਾਸ਼ਿੰਗ ਮਸ਼ੀਨ ਹੈਗੀ ਹੈ ਟਰੱਕ ਸ਼ਾਵਰ ਨੇ ਸਾਰਾ ਕੁਝ ਸਾਰਾ ਇੱਧਰ ਵਾਸ਼ਰੂਮ ਠੀਕ ਹੈ ਵਾਸ਼ਰੂਮ ਤਾਂ ਨੋਰਮਲ ਜਿਹਾ ਹੀ ਪਰ ਟਰੱਕ ਸ਼ਾਵਰ ਸਾਰਾ ਕੁਝ ਬਣਿਆ ਹੋਇਆ ਇੱਧਰ ਵਧੀਆ ਠੀਕ ਆ ਦੇਖ ਸਕਦੇ ਹੋ ਮਤਲਬ ਪੂਰੀ ਅਮੈਨਿਟੀਜ਼ ਹੈ ਜੇ ਜ਼ਿਆਦਾ ਬੰਦਾ ਆਪਣਾ ਕਰਕੇ ਹਾਂ ਇਹ ਤਾਂ ਸਭ ਦੇ ਵਗੈਰਾ ਖਾਣ ਪੀਣ ਨੂੰ ਸਾਰਾ ਕੁਝ ਸਾਰਾ ਕੁਝ ਉਹ ਦਿਖਾਉਂਦੇ ਤੁਹਾਨੂੰ ਤੇ ਆਓ ਫਿਰ ਕਰਦੇ ਹੁੰਦੇ ਹਲਕੇ ਫਿਰ ਮਿਲਦੇ ਅੱਗੇ ਇੱਕ ਹੋਰ ਚੀਜ਼ ਵੀ ਹੈ ਵੈਸੇ ਸੋ ਹੰਗਰੀ ਜੈਕਸ ਲੈ ਲਿਆ ਠੀਕ ਹੈ ਭੁੱਖ ਲੱਗੀ ਸੀਗੀ ਹੈਗਾ ਖਾ ਲਈਏ ਥੋੜ੍ਹਾ ਜਿਹਾ ਟਰੱਕਾਂ ਦਾ ਮੇਲਾ ਲੱਗਿਆ ਹੋਇਆ ਬਾਈ ਇੱਧਰ ਕਾਫੀ ਟਰੱਕ ਨੇ ਵੱਡੇ ਵੱਡੇ ਠੀਕ ਆ ਅਤੇ ਸਿਰਾ ਆ ਕੰਮ ਮੌਸਮ ਬਹੁਤ ਵਧੀਆ ਫਸਟ ਆਫ ਆਲ ਅੱਜ ਹੈ ਵਰਨਾ ਮੌਸਮ ਥੋੜ੍ਹਾ ਠੀਕ ਨਹੀਂ ਹੁੰਦਾ ਅਤੇ ਆਹ ਹੈਗਾ ਕੈਂਟਵਰਥ ਭਾਅ ਜੀ ਦੱਸਦੇ ਨੇ ਸਭ ਤੋਂ ਜ਼ਿਆਦਾ ਸਟਰੋਂਗ ਸਭ ਤੋਂ ਜ਼ਿਆਦਾ ਘੈਂਟ ਆਹੀ ਆ ਜੋ ਵੀ ਆ ਪੀਟਰ ਬੈਲਟ ਕੈਂਟਵਰਥ ਕਿਉਂਕਿ ਆਹ ਸਾਰੇ ਟਰੱਕ ਹੈਗੇ USA ਅਮੈਰੀਕਾ ਅਮੈਰੀਕਨ ਮੇਡ ਠੀਕ ਆ ਅਤੇ ਇੱਕ ਗੱਲ ਹੋਰ ਆ ਆਸਟ੍ਰੇਲੀਆ ਕੋਲ ਨਾ ਹੀ ਆਪਣੀ ਕੋਈ ਗੱਡੀ ਆ ਪਹਿਲਾਂ ਹੁੰਦੀ ਸੀ ਕੋਮੋਡੋਰ ਸੋਰੀ ਹੋਲਡਨ ਅਤੇ ਨਾ ਹੀ ਇਹਨਾਂ ਕੋਲ ਆਪਣੀ ਕੋਈ ਗੱਡੀ ਆ ਨਾ ਹੀ ਇਹਨਾਂ ਕੋਲ ਆਪਣਾ ਕੋਈ ਟਰੱਕ ਆ ਅਤੇ ਹੁਣ ਆਪਾਂ ਚੜ ਰਹੇ ਵਾਪਸ ਟਰੱਕ ਦੇ ਵਿੱਚ ਇਹ ਤਾਂ ਚੜ੍ਹਨਾ ਬਹੁਤ ਔਖਾ ਬਾਈ ਅਤੇ ਚੱਲੇ ਕਰਦੇ ਹਾਂ ਸਟਾਰਟ ਹੁਣ ਡਰੋਨ ਸ਼ੋਟ ਵੀ ਤੁਹਾਡੇ ਲਈ ਲੈ ਕੇ ਆਵਾਂਗੇ ਪਰ ਥੋੜ੍ਹਾ ਜਿਹਾ ਟਾਈਮ ਤੋਂ ਪਹੁੰਚਣਾ ਵੀ ਜ਼ਰੂਰੀ ਹੈ ਕੈਮਰਾ ਕਿਉਂਕਿ ਮੇਰਾ ਵੀ ਆਪਣਾ ਕੰਮ ਹੈ ਅਤੇ ਭਾਅ ਜੀ ਨੂੰ ਵੀ ਟਾਈਮ ਤੋਂ ਪਹੁੰਚਣਾ ਅਤੇ ਹੁਣ ਚੱਲੇ ਹਾਂ ਆਪਾਂ ਨਿਕਲਣ ਲੱਗੇ ਹਾਂ ਫਿਰ ਤੁਹਾਨੂੰ ਦਿਖਾਉਂਦਾ ਰੋਡ ਟ੍ਰੇਨ ਆਹ ਦੇਖੋ ਬਾਈ ਬਹੁਤ ਲੰਬਾ ਟਰੱਕ ਆ ਮੈਨੂੰ ਲੱਗ ਹੀ ਰਿਹਾ ਸੀ ਛੋਟਾ ਹੈ ਬਟ ਸੱਚੀ ਬਹੁਤ ਜ਼ਿਆਦਾ ਲੈਂਥ ਹੈ ਇਹਦੀ ਆਹ ਦੇਖੋ ਕੈਨਵਰ ਚੈੱਕ ਕਰੋ ਕੈਨਵਰ ਕਿੰਨਾ ਸੋਹਣਾ ਹੈ ਬਹੁਤ ਸੋਹਣਾ ਸ਼ੋਟ ਬਹੁਤ ਵਧੀਆ ਹੋਇਆ ਅਤੇ ਇੱਦਾਂ ਸਿਸਟਮ ਆ ਹੋ ਗਏ ਕਿਉਂਕਿ ਧੁੰਦ ਬਹੁਤ ਹੋਈ ਪਈ ਹੈ ਇੱਦਾਂ ਲੱਗ ਰਿਹਾ ਕਿ ਬੱਦਲ ਥੱਲੇ ਆ ਗਏ ਤੁਹਾਨੂੰ ਦਿਖਾਉਂਦਾ ਵਿਊ ਭਾਜੀ ਇੱਧਰ ਹਮੇਸ਼ਾ ਕੈਨਬਰਾ ਇਹੀ ਹੁੰਦਾ ਜ਼ਿਆਦਾਤਰ ਨਹੀਂ ਨਹੀਂ ਉਰੇ ਇੱਕ ਸਮ ਟਾਈਮ ਹੁਣ ਬਹੁਤ ਠੰਡ ਕਾਫੀ ਪੈ ਰਹੀ ਹੈ ਠੰਡ ਤੇ ਕਾਫੀ ਪੈ ਰਹੀ ਹੈ ਕਿਉਂਕਿ ਹੁਣ ਕੂਮਾ ਕਹਿੰਦੇ ਬਰਫ਼ ਪੈਣੀ ਸ਼ੁਰੂ ਹੋ ਗਈ ਹੈ ਕੂਮਾ ਸਾਈਡ ਤੇ ਸਨੋਈ ਮਾਊਂਟਨ ਸਾਈਡ ਵਧੀਆ ਗੱਲ ਹੈ ਅਤੇ ਉੱਧਰ ਕਿਉਂਕਿ ਇਹ ਵਾਲਾ ਹੀ ਰਾਹ ਸਨੋਈ ਮਾਊਂਟਨ ਨੂੰ ਜਾਂਦਾ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ 2-2.5 ਘੰਟੇ ਦਾ ਗੈਪ ਹੈਗਾ ਕੂਮਾ ਔਰ ਇਹਦੇ ਵਿੱਚ ਤਾਂ ਕਰਕੇ ਬਹੁਤ ਜ਼ਿਆਦਾ ਕੂਮਾ ਵੀ ਅਸੀਂ ਗਏ ਸੀਗੇ ਇੰਸਟਾਗ੍ਰਾਮ ਜਿਹੜਾ ਫੋਲੋ ਕਰਦਾ ਉਹ ਦੇਖ ਸਕਦਾ ਸਟੋਰੀ ਪਾਈ ਸੀ ਕਿ ਮੈਂ ਕੂਮਾ ਬਹੁਤ ਵਧੀਆ ਜਗ੍ਹਾ ਹੈ ਰੀਜਨਲ ਏਰੀਆ ਦੇ ਵਿੱਚ ਆਉਂਦਾ
ਫੈਡਰਲ ਹਾਈਵੇ ਤੇ ਆਪਾਂ ਚੜ ਚੁੱਕੇ ਆ, ਠੀਕ ਆ। ਤੇ ਹੁਣ ਮੈਂ ਤੁਹਾਡੇ ਟਰੱਕ ਦੇ ਬਾਰੇ ਥੋੜਾ ਜਿਹਾ, ਆਪਾਂ ਡਰੋਨ ਬਾਹਰ ਕੱਢ ਕੇ ਰੱਖਿਆ ਹੋਇਆ, ਜਿਵੇਂ ਸਾਨੂੰ ਜਗ੍ਹਾ ਮਿਲੂਗੀ ਅਸੀਂ ਡਰੋਨ ਉਡਾਉਂਦੇ ਆ, ਠੀਕ ਆ। ਤੇ ਆਹ ਦੇਖੋ ਸੀ ਟਾਈਪ ਚਾਰਜਿੰਗ ਬੋਰਡ ਦਿੱਤੇ ਹੋਏ ਨੇ, ਇੱਕ ਦੋ ਮੋਬਾਈਲ ਕੀ ਕਹਿੰਦੇ ਭਾਅ ਜੀ ਤੁਸੀਂ ਦੱਸ ਰਹੇ ਸੀਗੇ, ਮੋਬਾਈਲ ਇਹਦੇ ਵਿੱਚ ਆਪਾਂ ਕਾਰਪਲੇ ਬਣ ਜਾਂਦੇ, ਕਾਰਪਲੇ ਵੀ ਇਹਦੇ 'ਚ, ਠੀਕ ਆ। ਤੇ ਆਹ ਦਿੱਤਾ ਹੋਇਆ 24 ਵਾਟ ਦਾ ਚਾਰਜ ਕਰਨ ਲਈ ਫੋਨ, ਵਧੀਆ ਚਾਰਜ ਹੁੰਦਾ, ਸਪੀਡ 2 ਇੱਧਰ ਦਿੱਤੇ ਹੋਏ ਨੇ, ਮਤਲਬ ਹਰ ਇੱਕ ਚੀਜ਼ ਦਾ ਪ੍ਰੋਪਰ ਹੈ ਕਿਉਂਕਿ 2024 ਮਾਡਲ ਆ। ਤੇ ਇੱਕ ਫਰਿੱਜ ਇੱਧਰ ਦਿੱਤਾ ਹੋਇਆ, ਆਹ ਫਰਿੱਜ ਆ, ਤੇ ਆਹ ਦੇਖੋ ਵਧੀਆ ਪਾਣੀ ਦੀ ਬੋਤਲ ਆ, ਸਾਰਾ ਕੁਛ ਠੀਕ ਆ, ਸੈੱਟ ਆ ਕੰਮ। ਤੇ ਉਹ ਤੋਂ ਬਾਅਦ ਜੀ ਦੇਖਿਆ ਜਾਏ ਇਹਦੇ ਪਿੱਛੇ ਸੌਣ ਦੀ ਜਗ੍ਹਾ ਵਧੀਆ, ਗੱਦਾ ਨਵਾਂ ਹੈ, ਬ੍ਰੈਂਡ ਨਿਊ। ਤੇ ਭਾਅ ਜੀ ਦੱਸੋ ਫਿਰ ਇਹਦੀ ਸੀਟ ਬਾਰੇ, ਮਤਲਬ ਮਸਾਜਰ ਕੀ ਹੈ ਸੀਟ ਦੇ ਵਿੱਚ? ਸੀਟ 'ਚ ਜੀ ਮਸਾਜਰ ਆਪਣਾ ਪ੍ਰੋਪਰ ਜਿਵੇਂ ਕੁਛ ਹੁੰਦਾ ਹੈ, ਹਾਂਜੀ, ਆਪਣਾ ਕੋਈ ਖੱਡਾ ਵਗੈਰਾ ਆ ਜਾਂਦਾ ਹੈ, ਹਾਂਜੀ, ਸਾਰਾ ਕੁਛ ਸਿਸਟਮ ਸਭ ਕੁਛ। ਤੇ ਭਾਅ ਜੀ ਇਹਦੇ 'ਚ ਤੁਹਾਨੂੰ ਮਤਲਬ ਬਾਕੀ ਟਰੱਕਾਂ ਤੋਂ ਕੀ ਵਧੀਆ ਲੱਗਿਆ 2024 ਮਾਡਲ ਦੇ ਵਿੱਚ? ਤੁਸੀਂ ਨਵਾਂ ਟਰੱਕ ਚਲਾਇਆ, 0 ਕਿਲੋਮੀਟਰ 'ਤੇ ਤੁਹਾਨੂੰ ਟਰੱਕ ਮਿਲਿਆ, ਕੰਫਰਟ ਜ਼ੋਨ ਕਾਫੀ ਹੈ। ਅੱਛਾ, ਕੰਫਰਟ ਜ਼ੋਨ ਕਾਫੀ ਹੈ ਟਰੱਕ ਦਾ, ਮਤਲਬ ਦੂਜੇ ਟਰੱਕਾਂ ਨਾਲੋਂ ਬਹੁਤ ਵਧੀਆ ਚੀਜ਼, ਬਹੁਤ ਵਧੀਆ ਚੀਜ਼। ਓਕੇ, ਵੀ ਡਰਾਈਵਰ ਬੰਦਾ ਤੰਗ ਨਹੀਂ ਹੁੰਦਾ, ਫਿਰ ਵੀ ਲੌਂਗ ਰੂਟ 'ਤੇ ਵੀ ਜਾ ਰਿਹਾ ਐਵੇਂ ਲੱਗ ਰਿਹਾ ਜਿਵੇਂ ਕਾਰ 'ਤੇ ਜਾ ਰਹੇ। ਰੇਡੀਓ ਇਹਦੇ ਵਿੱਚ ਵੀ ਆ? ਹਾਂਜੀ, ਠੀਕ ਆ। ਤੇ ਆਹ ਇੱਧਰ ਇਹਦਾ ਮਾਈਕ ਲੱਗਿਆ ਹੋਇਆ, ਜੇ ਭਾਅ ਜੀ ਕੁਝ ਬੋਲਣਾ ਹੋਏ, ਮਾਈਕ ਚੈੱਕ ਕਰਨਾ ਹੋਏ ਕਿੱਦਾਂ? ਕੈਨ ਆਈ ਹੈਵ ਰੇਡੀਓ ਚੈੱਕ ਪਲੀਜ਼? ਤੇ ਭਾਈ ਆਹ ਦੇਖੋ ਨਾਲ ਦੇ ਨਾਲ ਹੀ ਜਵਾਬ, ਕਿਉਂਕਿ ਆ ਭਾਅ ਜੀ ਕਿੰਨੇ ਕੁ ਰੇਡੀਅਸ ਕਵਰ ਕਰਦਾ ਇਹ ਜੀ? 5 ਕਿਲੋਮੀਟਰ ਤੱਕ ਕਰਦਾ। 5 ਕਿਲੋਮੀਟਰ ਤੱਕ, ਜੇ ਸਾਡਾ ਕੋਈ ਵੀ ਟਰੱਕ ਜਾ ਰਿਹਾ ਹੋਵੇ, ਕੋਈ ਜਾ ਰਿਹਾ ਉਹਦੇ ਵਿੱਚ ਤੁਸੀਂ ਦੱਸ ਸਕਦੇ ਹੋ, ਜਿਵੇਂ ਹੁਣ ਆਪਾਂ ਇੱਥੇ ਜਾ ਰਹੇ ਹਾਂ, ਐਕਸੀਡੈਂਟ ਹੋਇਆ, ਫਿਰ ਆਪਾਂ ਦੱਸਾਂਗੇ ਜਿਵੇਂ ਪਿੱਛੇ ਪੁਲਿਸ, ਹਾਂ ਪੁਲਿਸ ਆਈ ਸੀ ਜਾਂ ਕੁਛ ਵੀ ਸੀਗੀ, ਮਤਲਬ ਕਈ ਜਗ੍ਹਾ ਰਡਾਰ ਲਾ ਕੇ ਖਲੋਤੇ ਹੁੰਦੇ ਨੇ, ਹਾਂਜੀ, ਮੋਸਟ ਆਫ ਦਾ ਟਰੱਕ ਹੀ ਦੱਸ ਦਿੰਦੇ ਨੇ ਵੀ ਅੱਗੇ ਪੁਲਿਸ ਖੜੀ ਹੈ, ਵੀ ਆਪਣਾ ਆਰਾਮ ਨਾਲ। ਫਿਰ ਜੇ ਦੇਖਿਆ ਜਾਏ ਤੇ ਤੁਸੀਂ ਕਿਹੜੇ ਟਰੱਕ ਤੋਂ ਸ਼ੁਰੂ ਕੀਤਾ ਸੀਗਾ ਟਰੱਕਿੰਗ ਦਾ ਕੰਮ? ਮੈਂ ਵੀਰੇ ਕੀਤਾ ਸੀਗਾ ਜੀ ਆਪਣਾ MR ਟਰੱਕ ਤੋਂ। MR ਟਰੱਕ ਤੋਂ, ਹਾਂਜੀ। ਤੇ ਉਹਦਾ ਭਾਜੀ ਉਹ ਕਿਹਦੇ ਵਿੱਚ ਤੁਸੀਂ ਚਲਾਉਂਦੇ ਸੀਗੇ? ਉਹ ਮੈਂ ਚਲਾਉਂਦਾ ਸੀਗਾ ਜੀ ਪਹਿਲਾਂ ਆਪਣਾ ਬੀਰਾਂ ਵਾਲਾ ਟਰੱਕ ਚਲਾਉਂਦਾ ਹੁੰਦਾ ਸੀ। ਠੀਕ ਆ, ਉਹਦਾ ਪੇ ਰੇਟ ਕੀ ਸੀ ਭਾਜੀ? ਉਹਦਾ ਭਾਜੀ ਆਪਾਂ 20, ਕਿਉਂਕਿ ਅੱਜ ਤੋਂ 2-3 ਸਾਲ ਪਹਿਲਾਂ ਜਿਵੇਂ ਸਟਾਰਟ ਕੀਤਾ ਸੀ ਉਸ ਟਾਈਮ ਥੋੜ੍ਹਾ ਹੀ ਹੁੰਦਾ ਸੀ ਟਰੱਕ ਦਾ। ਠੀਕ ਹੈ, ਠੀਕ ਹੈ, ਠੀਕ ਹੈ। ਉਸ ਟਾਈਮ ਜਿਵੇਂ 25-27 ਤੋਂ ਸਟਾਰਟ ਕੀਤਾ ਸੀ। ਓਕੇ, ਤੇ ਹੌਲੀ ਹੌਲੀ ਜਿਵੇਂ ਜਿਵੇਂ ਆਪਾਂ ਉੱਤੇ ਉੱਤੇ ਉੱਡਦੇ ਗਏ ਉਸ ਹਿਸਾਬ ਨਾਲ ਫਿਰ ਵੱਧਦਾ ਗਿਆ ਪੇ ਰੇਟ। ਹਾਂ, ਕਿਉਂਕਿ ਹੁਣ ਜਿਵੇਂ ਸੈਮੀ 'ਚ ਵੀ ਇਵੇਂ ਹੁੰਦਾ ਵੀ ਤੁਹਾਡੇ ਰੂਟ ਦੇ ਹਿਸਾਬ ਨਾਲ, ਜਾਂ ਜਿਵੇਂ ਤੁਸੀਂ ਡੇਂਜਰਸ ਗੂਡਸ ਵਾਲਾ ਚਲਾਉਂਦੇ ਹੋ ਜਾਂ ਜਿਵੇਂ ਵੀ ਚਲਾਉਂਦੇ ਹੋ, ਉਹਦਾ ਕਈ ਜਗ੍ਹਾ ਲੋਡ ਦਾ ਰੇਟ ਫਿਕਸ ਹੈ। ਠੀਕ ਹੈ, ਕਈ ਕੰਪਨੀ ਆਵਰਸ ਲਈ ਦਿੰਦੀਆਂ ਨੇ, ਕਈ ਵਾਰ ਜਿਵੇਂ ਆਪੋ ਆਪਣਾ ਹਿਸਾਬ ਹੈ, ਸਾਰਿਆਂ ਦਾ ਆਪਣਾ ਆਪਣਾ ਹਿਸਾਬ ਹੈ। ਠੀਕ ਹੈ, ਡਿਫਰੈਂਟ ਮੈਟਰ ਕਰਦਾ, ਚਲੋ ਵਧੀਆ ਗੱਲ ਹੈ। ਪਰ ਇੱਕ ਗੱਲ ਹੈ ਕਿ ਕਹਿੰਦੇ ਕਿ ਟਰੱਕ ਦਾ ਵਧੀਆ ਮਤਲਬ ਬਣ ਜਾਂਦਾ, ਠੀਕ ਰਹਿ ਜਾਂਦਾ। ਹਾਂਜੀ ਹਾਂਜੀ, ਬਾਕੀ ਜੋਬਾਂ ਨਾਲੋਂ, ਕਿਉਂਕਿ ਤੁਹਾਡੇ ਸਿਰ ਦੇ ਉੱਤੇ ਬੋਸ ਨਹੀਂ ਹੈਗਾ, ਤੁਸੀਂ ਆਪਣੇ ਆਪ ਬੋਸ ਹੋ। ਠੀਕ ਹੈ, ਸਾਰੇ ਡਿਸੀਜਨ ਤੁਸੀਂ ਆਪ ਲੈਣੇ ਨੇ। ਹਾਂਜੀ, ਬਟ ਇਹਦੇ 'ਚ ਵੀ ਤੁਹਾਨੂੰ 24 ਘੰਟੇ ਰਿਸਕ ਵੀ ਹੈਗਾ, ਰਿਸਕ ਵੀ ਹੈਗਾ। ਪਰ ਭਾਜੀ ਉਹ ਵੀ ਚੀਜ਼, ਹੁਣ ਜਿਵੇਂ ਤੁਹਾਡਾ ਸਿਸਟਮ ਵਧੀਆ, ਤੁਸੀਂ ਡੌਗ ਸਵੇਰੇ ਗਏ, ਉਹਨਾਂ ਨੇ ਤੁਹਾਡਾ ਕੰਮ ਮਤਲਬ ਲੋਡ ਕਰਤਾ, ਉਹ ਤੋਂ ਬਾਅਦ ਫਿਰ ਤੁਸੀਂ ਉਧਰ ਜਾਓਗੇ, ਉਹਨਾਂ ਨੇ ਅਨਲੋਡ ਕਰ ਦੇਣਾ ਉਧਰ, ਉਦੋਂ ਤੁਸੀਂ ਵਾਪਸ ਆ ਜਾਣਾ। ਪਰ ਕਈਆਂ ਦਾ ਕੀ ਹੁੰਦਾ ਕਿ ਫਲਾਣਾ ਲੋਡ ਇੱਧਰ ਲਾਣਾ ਹੁੰਦਾ। ਹਾਂ, ਉਹ ਮਲਟੀਪਲ ਡਿਲੀਵਰੀਜ਼ ਹੋ ਜਾਂਦੀਆਂ ਨੇ ਨਾ। ਅੱਛਾ, ਤੇ ਉਹ ਜ਼ਿਆਦਾ ਟਾਈਮ ਕੰਜ਼ਿਊਮਿੰਗ ਹੈ? ਉਹ ਕੰਜ਼ਿਊਮਿੰਗ ਹੈ, ਤੇ ਮੇਬੀ ਉਹਦਾ ਪੀਰੀਅਡ ਵੀ ਜ਼ਿਆਦਾ ਹੋਈ, ਜ਼ਿਆਦਾ ਹੋਊਗਾ। ਠੀਕ ਹੈ, ਆ ਫਰਕ ਹੈ। ਠੀਕ ਹੈ, ਹੋਰ ਆਪਾਂ ਕਹਿ ਸਕਦੇ ਹਾਂ ਕੰਫਰਟ ਜ਼ੋਨ ਹੈ ਐਂਡ ਵਧੀਆ ਹੈ। ਤੇ ਲਾਈਨ ਚੇਂਜ ਵਾਲਾ? ਹਾਂਜੀ, ਲਾਈਨ ਚੇਂਜ ਵਾਲਾ ਇਹ, ਹਾਂ, ਲਾਈਨ ਅਸਿਸਟ ਵੀ ਹੈਗਾ ਜੇ ਆਪਾਂ ਮਾੜਾ ਮੋਟਾ ਕੋਈ ਕਿਸੇ ਨੂੰ ਨੀਂਦ ਆ ਜਾਂਦੀ ਹੈ, ਕੁਛ ਵੀ ਹੋ ਜਾਂਦਾ ਮਾੜਾ ਮੋਟਾ, ਤੇ ਉਦਾਂ ਹੀ ਆਵਾਜ਼ ਕਰ ਦਿੰਦਾ, ਪ੍ਰੋਪਰ ਆਵਾਜ਼ ਕਰੇਗਾ। ਤੇ ਉਸ ਤੋਂ ਬਾਅਦ ਜਿਵੇਂ
ਡਿਸਟੈਂਸ ਸੈਂਸਰ ਹੈ ਇਹਦੇ 'ਚ, ਜਿਵੇਂ ਕਦੀ ਮੰਨ ਕੇ ਚੱਲੋ ਵੀ ਤੁਸੀਂ ਤੁਹਾਡਾ ਅੱਗੇ ਧਿਆਨ ਨਹੀਂ ਹੈਗਾ, ਤੁਹਾਡਾ ਸ਼ੀਸ਼ੇ ਧਿਆਨ ਹੈ, ਹਾਂਜੀ, ਅੱਗੇ ਇੱਕਦਮ ਬ੍ਰੇਕ ਲੱਗ ਜਾਂਦੀ ਹੈ, ਓਕੇ, ਉਹ ਇਹਨੇ ਆਪਣੇ ਆਟੋਮੈਟਿਕ ਬ੍ਰੇਕ ਸਿਸਟਮ, ਐਂਟੀ ਬ੍ਰੇਕ ਸਿਸਟਮ ਇਹਦੇ 'ਚ ਲੱਗਣੀ ਲੱਗਣੀ, ਅਤੇ ਭਾਅ ਜੀ ਉਹ ਇੰਨੀ ਖਿੱਚ ਕੇ ਲੱਗੇਗੀ ਹਾਂ ਕਿ ਤੁਹਾਨੂੰ ਚੁਕਾ ਦੇ ਹਿਲਾ ਦੇ। ਹਾਂ, ਅਤੇ ਕੈਨਬਰਾ ਵੀ ਆਪਣੇ ਆਪ 'ਚ ਇੱਕ ਰੀਜਨਲ ਏਰੀਆ ਦੇ ਵਿੱਚ ਆਉਂਦਾ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ, ਅਤੇ ਕਾਫੀ ਓਪਰਚੁਨਿਟੀਜ਼ ਹੈਗੀ ਤੁਹਾਡੇ ਲਈ ਕੈਨਬਰਾ ਦੇ ਵਿੱਚ ਜੇ ਤੁਸੀਂ ਕੱਲ੍ਹ ਨੂੰ ਮੂਵ ਹੋਣਾ ਚਾਹੁੰਦੇ ਹੋ ਜਾਂ ਕੁਛ। ਅਤੇ ਟਰੈਕਿੰਗ ਲਾਈਫ ਦੇ ਵਿੱਚ ਭਾਅ ਜੀ ਹੁਣ ਇੱਕ ਵਾਰੀ ਤੁਹਾਨੂੰ ਪੁੱਛੇ ਡਾਮਾ ਵੀਜ਼ਾ ਬਾਰੇ, ਡਾਮਾ ਵੀਜ਼ਾ ਕੀ ਆ? ਡਾਮਾ ਵੀਜ਼ਾ ਰੀਜਨਲ 'ਚ ਪੈਂਦਾ ਵੀਰੇ। ਅੱਛਾ, ਜੇ ਤੁਹਾਨੂੰ ਉੱਥੇ ਇੰਪਲੋਇਰ ਮਿਲ ਜਾਂਦਾ ਹੈ ਜਾਂ ਉੱਥੇ ਤੁਹਾਨੂੰ ਜੋਬ ਮਿਲ ਜਾਂਦੀ ਹੈ ਨਾ, ਹਾਂਜੀ, ਉਹ ਵੀਜ਼ਾ, ਬਟ ਮੈਨੂੰ ਇੰਨੀ ਨੌਲੇਜ ਹੈ ਨਹੀਂ, ਬਟ ਆਈ ਥਿੰਕ ਸੋ ਆਹੀ ਹੈ ਟਰੱਕਾਂ ਵਾਲਾ ਹੀ ਲਈ, ਟਰੱਕਾਂ ਟਰੱਕਿੰਗ ਦੇ ਲਈ ਨਹੀਂ, ਕਾਫੀ ਫੀਲਡ ਨੇ ਉਹਦੇ ਵਿੱਚ, ਆਈ ਥਿੰਕ ਏਜ ਕੇਅਰ ਵੀ ਹੈਗਾ ਡਾਮਾ। ਅੱਛਾ, ਮਤਲਬ ਮੈਨੂੰ ਇਹ ਲੱਗਿਆ ਸੀ ਕਿ ਡਾਮਾ ਵੀਜ਼ਾ ਸਿਰਫ ਟਰੱਕਿੰਗ ਵਾਲਿਆਂ ਲਈ ਹੈ, ਬਟ ਇੱਦਾਂ ਨਹੀਂ ਹੈ, ਉਹਦੇ ਵਿੱਚ ਕਾਫੀ ਫੀਲਡ ਵੀ ਹੈਗੇ, ਕਾਫੀ ਫੀਲਡ, ਅਤੇ ਆਪਾਂ ਜਲਦੀ ਤੋਂ ਜਲਦੀ ਇੱਕ ਵੀਡੀਓ ਲੈ ਕੇ ਆਵਾਂਗੇ ਡਾਮਾ ਵੀਜ਼ਾ ਬਾਰੇ। ਇੱਧਰ ਲੇਕ ਆ ਬਹੁਤ ਵੱਡੀ, ਬਟ ਤੁਹਾਨੂੰ ਕੁਛ ਨਹੀਂ ਦਿਖ ਰਿਹਾ ਹੋਣਾ ਕਿਉਂਕਿ ਧੁੰਦ ਬਹੁਤ ਆ, ਬਹੁਤ ਜ਼ਿਆਦਾ। ਹੁਣ ਆਪਾਂ ਬਸ ਜੋ ਦੱਸਣਾ ਸੀ ਸਾਰਾ ਦੱਸਤਾ, ਵਲੋਗ ਜ਼ਿਆਦਾ ਲੰਬਾ ਹੋ ਜਾਊਗਾ, ਅਤੇ ਹੁਣ ਕਰ ਰਹੇ ਹਾਂ ਆਪਾਂ ਡਨ ਇੱਧਰ ਵਲੋਗ ਨੂੰ, ਅਤੇ ਮਿਲਦੇ ਹਾਂ ਬਾਅਦ 'ਚ ਤੁਹਾਨੂੰ, ਅਤੇ ਥੈਂਕ ਯੂ ਸੋ ਮੱਚ ਭਾਅ ਜੀ ਤੁਹਾਡਾ ਅੱਜ ਦੇ ਲਈ, ਥੈਂਕ ਯੂ ਵੀਰੇ, ਠੀਕ ਹੈ, ਅਤੇ ਭਾਅ ਜੀ ਨੂੰ ਜੇ ਕੋਈ ਹੋ ਸਕੇ ਮੈਂ ਆਈ ਡੀ ਦੇ ਦੂੰਗਾ ਭਾਅ ਜੀ ਦੀ, ਤੁਸੀਂ ਜੇ ਕੰਟੈਕਟ ਕਰਨਾ ਕੁਛ ਪੁੱਛਣਾ ਭਾਅ ਜੀ ਤੋਂ ਪੁੱਛ ਸਕਦੇ ਹੋ, ਠੀਕ ਆ, ਅਤੇ ਡਿਸਕ੍ਰਿਪਸ਼ਨ ਬੋਕਸ 'ਚ ਭਾਅ ਜੀ ਦੀ ਆਈ ਡੀ ਆ ਜੂਗੀ, ਜੇ ਕਿਸੇ ਨੇ ਕੋਈ ਨੌਲੇਜ ਲੈਣੀ ਹੈ ਕੁਛ ਭਾਅ ਜੀ ਦੱਸ ਦੇਣਗੇ ਤੁਹਾਨੂੰ, ਅਤੇ ਥੈਂਕ ਯੂ ਗਾਈਜ਼, ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਮਿਲਦੇ ਹਾਂ ਫਿਰ ਨੈਕਸਟ ਵੀਡੀਓ 'ਚ, ਬਾਏ।